ਤੇ ਬੱਸ ਦੇ ਵੀਰੇ ਬ੍ਰੇਕ ਨਹੀਂ ਕੰਮ ਕਰਦੇ ਸੀ ਜੇ ਤੁਸੀਂ ਸੰਗਰੂਰ ਤੋਂ ਸੁਨਾਮ ਜਾ ਰਹੇ ਸੀਗੇ ਇੱਥੇ ਡਿਵਾਈਡਰ ਆਉਂਦਾ ਜਿਹੜਾ ਉਹਦੇ ਵਿੱਚ ਵੀ ਬੱਸ ਵੱਜੀ ਹੈਗੀ ਤੇ ਬੱਸ ਦੀ ਹੈ ਨਾ ਸਪੀਡ ਵੀ ਹੈਗੀ ਸੀ ਕਾਫੀ ਤੇ ਉਹਨੂੰ ਓਵਰਟੇਕ ਕਰ ਰਿਹਾ ਸੀ ਉਹਨੂੰ ਪਤਾ ਵੀ ਬ੍ਰੇਕ ਨਹੀਂ ਲੱਗਦੇ ਤੇ ਨੇ ਬ੍ਰੇਕ ਫੇਰ ਵੀ ਦੱਬੇ ਤੇ ਬੱਕ ਬੱਸ ਡਾਕੜੋਲੇ ਖਾਂਦੀ ਫੇਰ ਵੀ ਖਤਾਨਾ 'ਚ ਜਾ ਕੇ ਡਿੱਗੀ ਰਸਤੇ 'ਚ ਵੀ ਬ੍ਰੇਕ ਲੱਗੀ ਸੀ ਅਸੀਂ ਤਾਂ ਕਦੇ ਇੱਧਰ ਆਈ ਰਸਤੇ 'ਚ ਵੀ ਬ੍ਰੇਕ ਲੱਗੀ ਸੀ ਅਤੇ ਸਾਨੂੰ ਅਸੀਂ ਵੈਸੇ ਲੱਗ ਗਈ ਬਸ ਦੇ ਵਿੱਚ ਕੋਈ ਫਲਟ ਜ਼ਰੂਰ ਪਹਿਲਾਂ ਤੋਂ ਸੀ ਅਤੇ ਉਹ ਬਾਅਦ 'ਚ ਜਾ ਕੇ ਉੱਥੇ ਮੰਨ ਲਓ ਵੀ ਪਲਟੀ ਖਾ ਗਈ ਦਰਖਤ ਨਾ ਹੁੰਦਾ ਤਾਂ ਗਾਹਾਂ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਅਣਗਹਿਲੀ ਤਾਂ ਵੀਰੇ ਹੁਣ ਇਹ ਕਹਿ ਰਹੇ ਨੇ ਕਿ ਸਾਨੂੰ ਡੀਪੂ ਵਾਲਿਆਂ ਨੇ ਧੱਕੇ ਨਾਲ ਭੇਜਤਾ ਅਤੇ ਹੁਣ ਇਹ ਆਪ ਐਂ ਕਹਿ ਰਹੇ ਨੇ ਕਿ ਵੀ ਰਾਤ ਅਸੀਂ ਲੌਂਗੋਵਾਲ ਤੋਂ ਹੀ ਬੱਸ ਇੱਦਾਂ ਹੀ ਲੈ ਕੇ ਆਏਗੇ ਅਤੇ ਜਦੋਂ ਵੀਰੇ ਇਹਨਾਂ ਨੂੰ ਪਤਾ ਲੱਗ ਗਿਆ ਸੀਗਾ ਵੀ ਬੱਸ ਦੇ ਬ੍ਰੇਕ ਨਹੀਂ ਕੰਮ ਕਰਦੇ ਇਹਨਾਂ ਨੂੰ ਸਪੀਡ ਵੀ ਹੌਲੀ ਰੱਖਣੀ ਚਾਹੀਦੀ ਇਹਨਾਂ ਨੇ ਪੂਰੀ ਸਪੀਡ 'ਤੇ ਓਵਰਟੇਕ ਕਰਿਆ ਉਹਨੂੰ ਹਰਮਨਦੀਪ ਸਿੰਘ ਜੀ ਹਰਮਨ ਜੀ ਤੁਸੀਂ ਬੱਸ ਦੇ ਵਿੱਚ ਕਿੱਥੋਂ ਕਿੱਥੇ ਜਾ ਰਹੇ ਸੀ ਕੀ ਗੱਲਬਾਤ ਹੋਈ ਅਸੀਂ ਸੰਗਰੂਰ ਤੋਂ ਵੀਰੇ ਸੁਨਾਮ ਜਾ ਰਹੇ ਸੀਗੇ ਛੋਟੀ ਬੱਸ ਸੀ ਵੀਰੇ ਪੀ ਆਰ ਟੀ ਸੀ ਮਿੰਨੀ ਅਤੇ ਮੇਰੇ ਮੰਮੀ ਸੀਗੇ ਮੇਰੇ ਨਾਲ ਉਹਨਾਂ ਦੇ ਵੱਜੇ ਥੋੜ੍ਹੀ ਸੱਟ ਅਤੇ ਬੱਸ ਦੇ ਵੀਰੇ ਬ੍ਰੇਕ ਨਹੀਂ ਕੰਮ ਕਰਦੇ ਸੀ ਜਦੋਂ ਅਸੀਂ ਸੰਗਰੂਰ ਤੋਂ ਸੁਨਾਮ ਜਾ ਰਹੇ ਸੀਗੇ ਇੱਥੇ ਡਿਵਾਈਡਰ ਆਉਂਦਾ ਜਿਹੜਾ ਉਹਦੇ ਵਿੱਚ ਵੀ ਬੱਸ ਵੱਜੀ ਹੈਗੀ ਅਤੇ ਬੱਸ ਵਾਲਾ ਕਹਿੰਦਾ ਬ੍ਰੇਕ ਨਹੀਂ ਸਹੀ ਕੰਮ ਕਰਦੇ ਅਤੇ ਜਦੋਂ ਅਸੀਂ ਥੋੜ੍ਹਾ ਜਿਹਾ ਗਾਹਾਂ ਗਏ ਬਾਈਪਾਸ ਟੱਪੇ ਆਪਣਾ ਜਿਹੜਾ ਹਾਈਵੇ ਆਉਂਦਾ ਹੈਗਾ ਉਹ ਟੱਪੇ 'ਤੇ ਗਾਹਾਂ ਜਾ ਕੇ ਓਵਰਟੇਕ ਕਰ ਰਿਹਾ ਸੀ ਬੱਸ ਉੱਪਰ ਦੀ ਸਕੂਲ ਵੈਨ ਜਾ ਰਹੀ ਸੀਗੀ ਅਤੇ ਬੱਸ ਦੀ ਹੈ ਨਾ ਸਪੀਡ ਵੀ ਹੈਗੀ ਸੀ ਕਾਫੀ ਅਤੇ ਉਹਨੂੰ ਓਵਰਟੇਕ ਕਰ ਰਿਹਾ ਸੀ ਉਹਨੂੰ ਪਤਾ ਵੀ ਬ੍ਰੇਕ ਨਹੀਂ ਲੱਗਦੇ ਅਤੇ ਨੇ ਬ੍ਰੇਕ ਫੇਰ ਵੀ ਦੱਬੇ ਅਤੇ ਬੱਕ ਬੱਸ ਡਾਕੜੋਲੇ ਖਾਂਦੀ ਫੇਰ ਵੀ ਖਤਾਨਾ 'ਚ ਜਾ ਕੇ ਡਿੱਗੀ ਰੱਬ ਨਾ ਕਰੇ ਮੂਹਰੋਂ ਕੋਈ ਟਰੱਕ ਆਉਂਦਾ ਜਾਂ ਕੋਈ ਕੁਛ ਹੋਰ ਆਉਂਦਾ ਨਾਲੇ ਉਹਨਾਂ ਦਾ ਨੁਕਸਾਨ ਹੁੰਦਾ ਤਾਂ ਫੇਰ ਜ਼ਿਆਦਾ ਨੁਕਸਾਨ ਹੁੰਦਾ ਸਾਡਾ ਕੀ ਲੱਗਦਾ ਅਣਗਹਿਲੀ ਤਾਂ ਵੀਰੇ ਹੁਣ ਇਹ ਕਹਿ ਰਹੇ ਨੇ ਕਿ ਸਾਨੂੰ ਡੀਪੂ ਵਾਲੇ ਨੇ ਧੱਕੇ ਨਾਲ ਭੇਜਤਾ ਅਤੇ ਹੁਣ ਇਹ ਆਪ ਐਂ ਕਹਿ ਰਹੇ ਨੇ ਕਿ ਵੀ ਰਾਤ ਅਸੀਂ ਲੌਂਗੋਵਾਲ ਤੋਂ ਹੀ ਬੱਸ ਇੱਦਾਂ ਹੀ ਲੈ ਕੇ ਆਏਗੇ ਅਤੇ ਜਦੋਂ ਵੀਰੇ ਇਹਨਾਂ ਨੂੰ ਪਤਾ ਲੱਗ ਗਿਆ ਸੀਗਾ ਵੀ ਬੱਸ ਦੇ ਬ੍ਰੇਕ ਨਹੀਂ ਕੰਮ ਕਰਦੇ ਇਹਨਾਂ ਨੂੰ ਸਪੀਡ ਵੀ ਹੌਲੀ ਰੱਖਣੀ ਚਾਹੀਦੀ ਇਹਨਾਂ ਨੇ ਪੂਰੀ ਸਪੀਡ 'ਤੇ ਓਵਰਟੇਕ ਕਰਿਆ ਉਹਨੂੰ ਗੁਰਤੇਜ ਸਿੰਘ ਗੁਰਤੇਜ ਜੀ ਤੁਸੀਂ ਕਿੱਥੋਂ ਕਿੱਥੇ ਜਾ ਰਹੇ ਸੀ ਕਿਸ ਤਰ੍ਹਾਂ ਹਾਦਸਾ ਵਾਪਰਿਆ ਕੀ ਗਿਆ ਅਸੀਂ ਸੰਗਰੂਰ ਤੋਂ ਸੁਨਾਮ ਜਾ ਰਹੇ ਸੀ ਸ਼ਹਿਰ 'ਚੋਂ ਨਿਕਲਣ ਸਾਰ 3 ਕਿਲੋਮੀਟਰ ਅਤੇ ਬੱਸ ਮਤਲਬ ਪਲਟ ਗਈ ਉਹਦੀ ਕਮਾਣੀ ਟੁੱਟ ਗਈ ਜਾਂ ਬ੍ਰੇਕ ਫੇਲ ਹੋ ਗਿਆ ਬਸ ਉਸ ਤੋਂ ਬਾਅਦ ਸਾਰਿਆਂ ਦੇ ਸੱਟਾਂ ਵੱਜੀਆਂ ਇੱਕ ਵਾਰੀ ਬੱਸ ਦੀ ਰਸਤੇ 'ਚ ਵੀ ਬ੍ਰੇਕ ਲੱਗੀ ਸੀ ਅਸੀਂ ਤਾਂ ਕਦੇ ਇੱਧਰ ਆਏ ਨਹੀਂ ਰਸਤੇ 'ਚ ਵੀ ਬ੍ਰੇਕ ਲੱਗੀ ਸੀ ਅਤੇ ਸਾਨੂੰ ਅਸੀਂ ਵੈਸੇ ਲੱਗ ਗਈ ਬੱਸ ਦੇ ਵਿੱਚ ਕੋਈ ਫਲਟ ਜ਼ਰੂਰ ਪਹਿਲਾਂ ਤੋਂ ਸੀ ਅਤੇ ਉਹ ਬਾਅਦ 'ਚ ਜਾ ਕੇ ਉੱਥੇ ਮੰਨ ਲਓ ਵੀ ਪਲਟੀ ਖਾ ਗਈ ਦਰਖਤ ਨਾ ਹੁੰਦਾ ਤਾਂ ਗਾਹਾਂ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਅਸੀਂ ਥੱਲੇ ਆ ਗਏ ਸਾਰੇ ਜਦੋਂ ਇੱਧਰ ਪਲਟੀ ਖਾ ਗਈ ਸਵਾਰੀਆਂ ਦੇ ਖੱਬੀ ਸਾਈਡ ਬੈਠੇ ਸੀ ਸਰ ਕਿਸ ਤਰ੍ਹਾਂ ਬੱਸ ਦਾ ਜੋ ਅੱਜ ਐਕਸੀਡੈਂਟ ਹੋਇਆ ਇਹ ਗੱਡੀ ਜੀ 6:30 ਵਜੇ ਸਰੂਰ ਬੱਸ ਸਟੈਂਡ 'ਚ ਚੱਲੀ ਹੈ ਅਤੇ ਇਹਦਾ ਮੇਨ ਪੱਟਾ ਟੁੱਟਣ ਕਾਰਨ ਅਚਾਨਕ ਬੈਲੈਂਸ ਵਿਗੜ ਗਿਆ ਜਿਹੜੀ ਆ ਕੇ ਮਤਲਬ ਵੀ ਇੱਥੇ ਇਹ ਹਾਦਸਾ ਵਾਪਰਿਆ ਨਾ ਇਹ ਕਾਰਨ ਇਹਦਾ ਹਾਦਸਾ ਵਾਪਰਿਆ ਸਵਾਰੀਆਂ ਤਕਰੀਬਨ ਸਾਰੀਆਂ ਸਵਾਰੀਆਂ ਜਿਹੜੀਆਂ ਹੈਗੀਆਂ ਸਾਡੀਆਂ ਬੱਸ ਦੇ ਵਿੱਚ ਉਹ ਤਕਰੀਬਨ ਸਾਰੀਆਂ ਹੀ ਹਸਪਤਾਲ ਦੇ ਵਿੱਚ ਪਹੁੰਚਾ ਦੀਆਂ ਜਾਨੀ ਨੁਕਸਾਨ ਤੋਂ ਸਾਰਾ ਬਚਾਓ ਹੈ ਅਤੇ ਮਤਲਬ ਮਾੜੀਆਂ ਮੋਟੀਆਂ ਸੱਟਾਂ ਫਿੱਟਾਂ ਜ਼ਰੂਰ ਹੈਗੀਆਂ ਸਵਾਰੀਆਂ ਗੱਡੀ ਫੁੱਲ ਸੀਗੀ ਜੀ ਸਾਰੀਆਂ ਸੀਟਾਂ ਫੁੱਲ ਤੀਆਂ ਮਤਲਬ ਕਿ 30 ਸਵਾਰੀਆਂ ਮੰਨ ਕੇ ਚਲੋ ਇਹ ਜੋ 28 ਸੀਟਾਂ ਨੇ 28 ਦੇ ਵਿੱਚ 30 ਸਵਾਰੀਆਂ ਹੈਗੀਆਂ ਸੀ ਵਿੱਚ ਸਿਕੰਦਰ ਸਿੰਘ ਜੀ ਸਿਕੰਦਰ ਜੀ ਬੱਸ ਕਿੱਥੋਂ ਆ ਰਹੀ ਸੀ ਕਿੰਨਾ ਟਾਈਮ ਸੀ ਕੀ ਹਾਦਸਾ ਹੋਇਆ ਕਿੰਨੀਆਂ ਸਵਾਰੀ 'ਚ ਕਿੰਨੀਆਂ ਜ਼ਖਮੀਆਂ ਸੰਗਰੂਰ ਤੋਂ ਚੱਲ ਕੇ ਆਇਆ ਸੀਗਾ ਜੀ 6:30 ਅਚਾਨਕ ਮੇਨ ਕਮਾਣੀ ਦਾ ਫਟਾ ਟੁੱਟਣ ਕਾਰਨ ਬੈਲੈਂਸ ਹਿੱਲ ਗਿਆ ਜੀ ਕਿੰਨੀਆਂ ਸਵਾਰੀਆਂ ਸੀ ਸਵਾਰੀਆਂ ਹੈਗੀਆਂ 15-20 ਸਵਾਰੀਆਂ ਜ਼ਖਮੀ ਕਿੰਨੀਆਂ ਹੋਈਆਂ 5-4 ਦਾ ਕੰਚ ਵੱਜਿਆ ਜੀ ਮਾੜਾ ਮੋਟਾ ਠੀਕ ਨੇ ਮੈਂ ਡਾਕਟਰ ਬਲਜੀਤ ਸਿੰਘ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪੀਟਲ ਸੰਗਰੂਰ ਸਰ ਇੱਕ ਐਕਸੀਡੈਂਟ ਹਾਦਸਾ ਹੋਇਆ ਮਿੰਨੀ ਬੱਸ ਦਾ ਕਿੰਨੀਆਂ ਸਵਾਰੀਆਂ ਅਤੇ ਕਿੰਨੇ ਜ਼ਖਮੀ ਨੇ ਕਿਸ ਤਰ੍ਹਾਂ ਦੇ ਹਾਲਾਤ ਸਵੇਰੇ ਸਾਨੂੰ ਇੱਕ ਫੋਨ ਆਇਆ ਵੀ ਇੱਕ ਸੁਨਾਮ ਰੋਡ ਦੇ ਉੱਤੇ ਐਕਸੀਡੈਂਟ ਹੋਇਆ ਅਸੀਂ ਐਂਬੂਲੈਂਸ ਭੇਜੀ ਤਾਂ ਉਹਦੇ ਵਿੱਚ ਸਾਡੇ ਕੋਲ 8 ਪੇਸ਼ੈਂਟ ਆਏ ਨੇ ਇੱਥੇ ਅਤੇ ਉਹਨਾਂ ਦੀ ਕੰਡੀਸ਼ਨ ਠੀਕ ਹੈ ਸਾਡੇ ਐਮਰਜੈਂਸੀ ਮੈਡੀਕਲ ਅਫਸਰ ਅਤੇ ਡਾਕਟਰਸ ਦੀ ਟੀਮ ਨੇ ਉਹਨਾਂ ਨੂੰ ਅਟੈਂਡ ਕਰ ਲਿਆ ਇਨਵੈਸਟੀਗੇਸ਼ਨਾਂ ਕਰਵਾ ਦਾਂਗੇ ਬਾਕੀ ਰਹਿੰਦੀਆਂ ਜਿਹੜੀਆਂ ਸਾਰੀਆਂ ਸਭ ਦਾ ਇਲਾਜ ਫ੍ਰੀ ਹੋ ਰਿਹਾ ਕਿੰਨੀਆਂ ਜ਼ਿਆਦਾ ਸੱਟਾਂ ਉਹਨਾਂ ਦੇ ਸਿਰ ਦੇ ਵਿੱਚ ਹੀ ਲੱਗੀਆਂ ਹੋਈਆਂ ਨੇ ਅਤੇ ਬਾਕੀ ਐਕਸਰੇ ਵਗੈਰਾ ਕਰਵਾਉਣ ਤੋਂ ਬਾਅਦ ਕਲੀਅਰ ਹੋ ਜਾਏਗਾ ਸਾਰਾ